ਜ਼ਮੀਨੀ ਵਿਵਾਦ ਨੂੰ ਲੈ ਕੇ ਪੁਲਿਸ ਦੇ ਨਾਲ ਭਿੜੇ ਕਾਂਗਰਸੀ ਲੀਡਰ ਸਾਂਸਦ ਚਰਨਜੀਤ ਚੰਨੀ ਨੇ ਆਪ ਸਰਕਾਰ ਤੇ ਲਗਾਏ ਵੱਡੇ ਇਲਜ਼ਾਮ। ਦੱਸ ਦੇ ਕਿ ਪੁਲਿਸ ਅਤੇ ਕਾਂਗਰਸੀ ਲੀਡਰਾਂ ਦੇ ਵਿੱਚ ਤਕਰਾਰ ਹੋਈ ਹੈ, ਤਾਂ ਜ਼ਮੀਨ ਦਾ ਮਾਮਲਾ ਸੀ ਜਿਸ ਨੂੰ ਲੈ ਕੇ ਇਹ ਤਕਰਾਰ ਹੋਈ ਹੈ। ਤਾਂ ਗੱਲਬਾਤ ਦੇ ਦੌਰਾਨ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਚੰਨੀ ਨੇ ਦੱਸਿਆ ਕਿ ਜਲੰਧਰ ਦੇ ਵਿੱਚ ਉਹਨਾਂ ਦੇ ਕੌਂਸਲਰ ਵੱਲੋਂ ਆਪਣੀ ਪ੍ਰਾਪਰਟੀ ਦੇ ਉੱਪਰ ਘਰ ਬਣਾਏ ਜਾ ਰਹੇ ਨੇ, ਪਰ ਉਸਨੂੰ ਹੁਣ ਪੁਲਿਸ ਦੇ ਵੱਲੋਂ ਰੋਕਿਆ ਜਾ ਰਿਹਾ। ਤਾਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਾਡੇ ਕੌਂਸਲਰ ਦੇ ਕੋਲ ਇਸ ਪ੍ਰਾਪਰਟੀ ਦਾ ਕਬਜ਼ਾ ਪਿਛਲੇ 10 ਸਾਲ ਤੋਂ ਹੈ, ਤਾਂ ਇਸ ਦੇ ਆਰਡਰ ਵੀ ਕੋਰਟ ਤੋਂ ਮਿਲੇ ਹੋਏ ਨੇ। ਤਾਂ ਉਹਨਾਂ ਕਿਹਾ ਕਿ ਪੁਲਿਸ ਇਸ ਜਗ੍ਹਾ ਦੇ ਉੱਤੇ ਆ ਕੇ ਸਰਾਸਰ ਧੱਕਾ ਕਰ ਰਹੀ ਹੈ ਤੇ ਸਾਡੇ ਕੌਂਸਲਰ ਨੂੰ ਧਮਕਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਤੇ ਉਹਨਾਂ ਕਿਹਾ ਕਿ ਪੁਲਿਸ ਜੇਕਰ ਇਸ ਜਗ੍ਹਾ ਤੇ ਅਜਿਹਾ ਕਬਜ਼ਾ ਕਰਕੇ ਬੈਠੀ ਰਹੂਗੀ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਲੰਧਰ ਕਾਂਗਰਸ ਵੱਲੋਂ ਸੜਕਾਂ ਵੀ ਜਾਮ ਕੀਤੀਆਂ ਜਾਣਗੀਆਂ। ਤਾਂ ਉੱਥੇ ਹੀ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਸਾਨੂੰ ਸ਼ਿਕਾਇਤ ਆਈ ਸੀ ਕਿ ਕਿਸੇ ਵਿਅਕਤੀ ਦੇ ਵੱਲੋਂ ਕਿ ਕਿਸੇ ਹੋਰ ਦੀ ਪ੍ਰਾਪਰਟੀ ਦੇ ਉੱਪਰ ਨਜਾਇਜ਼ ਕਬਜ਼ਾ ਕਰਕੇ ਘਰ ਬਣਾਏ ਜਾ ਰਹੇ ਨੇ, ਜਿਸ ਕਾਰਨ ਅਸੀਂ ਇਸ ਜਗ੍ਹਾ ਦੇ ਉੱਤੇ ਕਿਸੇ ਵੀ ਤਰੀਕੇ ਦੀ ਲੋਅ ਐਂਡ ਆਰਡਰ ਦੀ ਸਥਿਤੀ ਖਰਾਬ ਨਾ ਹੋਵੇ ਇਸ ਲਈ ਇੱਥੇ ਪਹੁੰਚੇ ਹੋਏ ਹਾਂ। ਤਾਂ ਅਸੀਂ 2 ਦਿਨ ਦਾ ਟਾਈਮ ਦੋਨਾਂ ਪਾਰਟੀਆਂ ਨੂੰ ਦਿੱਤਾ, ਕਿਉਂਕਿ ਇੱਕ ਪਾਰਟੀ ਉਹਨਾਂ ਨੂੰ ਸਟੇ ਆਰਡਰ ਦਿਖਾ ਰਹੀ ਹੈ, ਜਦਕਿ ਦੂਸਰੀ ਪਾਰਟੀ ਉਹਨਾਂ ਨੂੰ ਇਹ ਕਹਿ ਰਹੀ ਹੈ ਕਿ ਅਸੀਂ ਕੋਰਟ ਖੁੱਲ੍ਹਣ 'ਤੇ ਆਪਣਾ ਸਟੇ ਆਰਡਰ ਲਿਆਵਾਂਗੇ। ਇੱਥੇ ਮੈਂ ਆਇਆ, ਸਾਡੀ ਐਮ ਸੀ ਹੈ ਬਿਮਲਾ ਰਾਣੀ, ਉਹਨਾਂ ਦੇ ਪਤੀ ਹੈਗੇ ਹੈ ਵਿਜੇ ਕੁਮਾਰ ਜੀ, ਬਹੁਤ ਹੀ ਸਾਡੇ ਕਾਂਗਰਸ ਦੇ ਐਕਟਿਵ ਮੈਂਬਰ ਹੈ ਇਹ, ਔਰ ਵੱਡੇ ਪੱਧਰ 'ਤੇ ਇਲੈਕਸ਼ਨ ਦੇ ਵਿੱਚ ਕੰਮ ਕਰ ਰਹੇ। ਇੱਥੇ ਮੁੱਖ ਮੰਤਰੀ ਜੀ ਆਏ ਆ ਭਗਵੰਤ ਮਾਨ ਜੀ, ਅਤੇ ਸਾਡੇ ਐਮ ਸੀਆਂ ਨੂੰ ਜ਼ਬਰਦਸਤੀ ਉਹਨਾਂ ਦੇ ਕੰਮਾਂ ਦੇ ਵਿੱਚ ਪੁਲਿਸ ਦੇ ਵੱਲੋਂ ਡਰਾ ਧਮਕਾ ਕੇ ਉਹਨਾਂ ਨੂੰ ਜੁਆਇਨ ਕਰਾਉਣ ਵਾਸਤੇ ਜ਼ੋਰ ਪਾਇਆ ਜਾ ਰਿਹਾ। ਇੱਥੇ ਸਾਡੀ ਇਸ ਐਮ ਸੀ ਦਾ ਕੰਮ ਚੱਲ ਰਿਹਾ, ਇਹਨਾਂ ਕੋਲ ਸਟੇ ਆਰਡਰ ਹੈ, ਕੋਰਟ ਨੇ ਆਰਡਰ ਦਿੱਤੇ ਵੇ ਹੈ, 15 ਤੋਂ ਲੈ ਕੇ ਅੱਜ ਤੱਕ ਇਹਨਾਂ ਦਾ ਗੇਟ ਲੱਗਿਆ ਵਾ, ਕਬਜ਼ਾ ਹੈ, ਅਤੇ ਬਿਲਕੁਲ ਸਹੀ ਤਰੀਕੇ ਦੇ ਨਾਲ ਇਹਨਾਂ ਦਾ ਕੰਮ ਚੱਲਦਾ ਸੀ, ਲੇਕਿਨ ਹੁਣ ਇਹ ਇਲੈਕਸ਼ਨ ਆਉਣ ਕਰਕੇ ਇਹਨਾਂ ਦੇ ਚਾਰੇ ਪਾਸੇ ਪੁਲਿਸ ਲਗਾ ਦਿੱਤੀ ਗਈ ਹੈ। ਜਿੱਧਰ ਨੂੰ ਦੇਖੋ ਪੁਲਿਸ ਖੜ੍ਹੀ ਹੈ, ਪੁਲਿਸ ਕਰਮਚਾਰੀ ਖੜ੍ਹੇ ਹੈ, ਐੱਸ ਪੀ ਤੱਕ ਦੇ ਰੈਂਕ ਦੇ ਅਫਸਰ ਇੱਥੇ ਲਗਾਏ ਹੋਏ ਹੈ। ਇਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਕਿ ਅੱਜ ਇਹ ਪਾਰਟੀ ਜੁਆਇਨ ਕਰਨ, ਨਹੀਂ ਤਾਂ ਇਹਨਾਂ ਦਾ ਇਹ ਕਬਜ਼ਾ ਲੈ ਲਿੱਤਾ ਜਾਏਗਾ। ਵਿਰੋਧੀ ਪਾਰਟੀ ਇੱਥੇ ਕੋਈ ਨਹੀਂ ਹੈ, ਸਿਰਫ ਪੁਲਿਸ ਹੀ ਵਿਰੋਧੀ ਪਾਰਟੀ ਦਾ ਕੰਮ ਕਰ ਰਹੀ ਹੈ, ਇਹਨਾਂ ਤੋਂ ਕਬਜ਼ਾ ਖੋ ਰਹੀ ਹੈ। ਅਤੇ ਇਹਨਾਂ ਨੂੰ ਇੱਥੇ ਸਵੇਰੇ 7 ਵਜੇ ਤੋਂ 200-400 ਬੰਦਾ ਪੁਲਿਸ ਦਾ ਲਗਾ ਕੇ ਕਿਸੇ ਨੂੰ ਕੰਮ ਕਰਨ ਵਾਲਿਆਂ ਨੂੰ ਜਾਂ ਜਿਹੜੇ ਮਾਲਕ ਹੈ ਉਹਨਾਂ ਨੂੰ ਐਂਟਰ ਨਹੀਂ ਕਰਨ ਦਿੱਤਾ ਜਾ ਰਿਹਾ। ਇਸ ਤਰ੍ਹਾਂ ਦੇ ਹਾਲਾਤ ਇੱਥੇ ਬਣੇ ਪਏ ਹੈ। ਮੈਂ ਇਲੈਕਸ਼ਨ ਕਮਿਸ਼ਨ ਤੋਂ ਵੀ ਮੰਗ ਕਰਦਾ ਅਤੇ ਪੰਜਾਬ ਸਰਕਾਰ, ਮੁੱਖ ਮੰਤਰੀ ਜੀ ਜਿਹੜੇ ਇੱਥੇ ਆ ਕੇ ਰਹੇ ਹੈ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ, ਮੁੱਖ ਮੰਤਰੀ ਜੀ, ਕਿਆ ਤੁਸੀਂ ਨਜਾਇਜ਼ ਕਬਜ਼ੇ ਕਰਾ ਕੇ ਸਾਡੇ ਐਮ ਸੀ ਲੈਵਲ ਦੇ ਬੰਦਿਆਂ ਨੂੰ ਧਮਕਾ ਕੇ ਇਲੈਕਸ਼ਨ ਜਿੱਤਣ ਆਏ ਹੋ, ਜਾਂ ਤੁਸੀਂ ਇੱਥੇ ਇਲੈਕਸ਼ਨ ਕਰਾਉਣ ਵਾਸਤੇ ਇੱਥੇ ਦੇ ਲੋਕਾਂ ਦੇ ਕੰਮ ਕਰਨ ਆਏ ਹੋ? ਇਹ ਲੋਕਾਂ ਦੇ ਕੰਮ ਹੈ? ਇੱਕ ਐਮ ਸੀ ਲੈਵਲ ਦਾ ਬੰਦਾ ਉਸ ਨੂੰ ਅੱਜ ਧਮਕਾਇਆ ਜਾ ਰਿਹਾ ਕਿ ਤੂੰ ਅੱਜ ਦੁਪਹਿਰ ਤੱਕ ਪਾਰਟੀ ਜੁਆਇਨ ਕਰ, ਨਹੀਂ ਤੇਰਾ ਕਬਜ਼ਾ ਕਰ ਲਿਆ ਜਾਏਗਾ। ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਣਗੇ। ਇਹਦੇ ਕੋਲ ਸਟੇ ਹੈ, ਆਹ ਦੇਖੋ ਕਿੰਨੀ ਬਿਲਡਿੰਗ ਖੜ੍ਹੀ ਹੋ ਗਈ ਹੈ, ਅੱਜ ਤੱਕ ਤਾਂ ਕੋਈ ਆਇਆ ਨਹੀਂ। ਮੁੱਖ ਮੰਤਰੀ ਜੀ ਆਏ ਆ, ਉਹਨਾਂ ਨੂੰ ਦੂਸਰੀ ਪਾਰਟੀ ਨੇ ਅਪਰੋਚ ਕੀਤਾ ਤਾਂ ਇੱਥੇ ਕਬਜ਼ਾ ਹੋ ਗਿਆ, ਹੁਣ ਇਹਦਾ ਕੰਮ ਰੋਕਿਆ ਜਾ ਰਿਹਾ। ਅਸੀਂ ਪੁਲਿਸ ਨੂੰ ਬੇਨਤੀ ਕਰਨਾ ਚਾਹੁੰਦੇ ਕਿ ਤੁਸੀਂ ਕੋਰਟ ਵਿੱਚੋਂ ਜਿਹੜੇ ਮਰਜ਼ੀ ਆਰਡਰ ਲਿਆਓ, ਉਹਨਾਂ ਨੂੰ ਓਨਰ ਕੀਤਾ ਜਾਏਗਾ। ਤੁਹਾਨੂੰ ਕੋਈ ਅਧਿਕਾਰ ਨਹੀਂ ਹੈ ਤੁਸੀਂ ਕਿਸੇ ਬੰਦੇ ਨੂੰ ਡਿਸਪੋਜੈਸ ਕਰੋ। ਇਹਨਾਂ ਪਾਸ ਇੱਥੇ ਦੀ ਰਜਿਸਟਰੀਆਂ ਹੈ, ਇਹਨਾਂ ਕੋਲ ਇੱਥੇ ਐਨ ਓ ਸੀ ਹੈ, ਇੱਥੇ ਦੀ ਸਰਕਾਰ ਜਿਹੜੀ ਕਾਰਪੋਰੇਸ਼ਨ ਹੈ
ਉਹਨਾਂ ਨੇ ਇੱਥੇ ਨਕਸ਼ੇ ਪਾਸ ਕੀਤੇ ਹੈ। ਨਕਸ਼ੇ ਪਾਸ ਕਰਨ ਤੋਂ ਬਾਅਦ ਮੌਕਾ ਦੇ ਕੇ ਉਹਨਾਂ ਨੇ ਨਕਸ਼ੇ ਪਾਸ ਕਰਕੇ ਇਹਨਾਂ ਨੂੰ ਅਲਾਓ ਕੀਤਾ ਕਿ ਇਹ ਇੱਥੇ ਆਪਣੀ ਬਿਲਡਿੰਗ ਬਣਾਉਣ। ਸਾਰਾ ਕੁਛ ਪ੍ਰੋਸੀਜਰ ਦੇ ਤਹਿਤ ਹੋਇਆ ਅੱਜ ਤੱਕ। ਸੀਵਰੇਜ ਵਾਟਰ ਸਪਲਾਈ ਇੱਥੇ ਇਹਨਾਂ ਦੇ ਨਾਮ 'ਤੇ ਚੱਲਦਾ, ਫਿਰ ਕਿਹੜੀ ਗੱਲ ਤੋਂ ਅੱਜ ਪੁਲਿਸ ਆ ਕੇ ਇੱਕਦਮ ਇਹਨਾਂ ਨੂੰ ਰੋਕਣ ਲੱਗ ਗਈ ਹੈ। ਮੈਂ ਪੁਲਿਸ ਨੂੰ ਬੇਨਤੀ ਕਰਦਾ ਕਿ ਕੋਰਟ ਵਿੱਚੋਂ ਜਿਹੜੇ ਮਰਜ਼ੀ ਆਰਡਰ ਲਿਆਉਣ, ਇਹਨਾਂ ਕੋਲ ਹੈਗੇ ਆ ਸਟੇਅ ਦੇ ਆਰਡਰ, ਕਿ ਇਹਨਾਂ ਨੂੰ ਇੰਟਰਫੇਅਰ ਨਹੀਂ ਕੀਤਾ ਜਾਏਗਾ। ਇਹ ਦੂਸਰੀ ਪਾਰਟੀ ਕੋਈ ਪਾਰਟੀ ਕਿਸੇ ਤਰ੍ਹਾਂ ਨਹੀਂ ਕਰ ਸਕਦੀ, ਉਹ ਆਉਂਦਾ ਹੀ ਨਹੀਂ ਆ। ਦੂਸਰੀ ਪਾਰਟੀ ਪੁਲਿਸੇ ਪਾਰਟੀ ਬਣੀ ਹੋਈ ਹੈ ਅਤੇ ਪੁਲਿਸ ਹੀ ਕਾਰਵਾਈ ਕਰ ਰਹੀ ਹੈ। ਐਸੀ ਇਹ ਨਜਾਇਜ਼ ਹੋਣ ਨਹੀਂ ਦੇਣੀ। ਅਤੇ ਅਸੀਂ ਇਹ ਪੂਰੇ ਜਲੰਧਰ ਵਾਈਡ, ਜ਼ਿਲ੍ਹਾ ਵਾਈਜ ਪ੍ਰੋਟੈਸਟ ਸ਼ੁਰੂ ਕਰਾਂਗੇ। ਇਹ ਇਲੈਕਸ਼ਨ ਛੱਡ ਕੇ ਅਸੀਂ ਪਹਿਲਾਂ ਇਸੇ ਕੰਮ ਦੇ ਮਗਰ ਪੈ ਜਾਣਾ। ਸਾਡੇ ਬੰਦੇ ਹੀ ਜੇ ਤੋੜ ਤੋੜ ਕੇ ਧੂ ਧੂ ਕੇ ਲੈ ਗਏ, ਖਿੱਚ ਖਿੱਚ ਕੇ ਆ ਖੜੇ। ਸਾਡਾ MC ਦੇ ਪਤੀ ਇਹ ਕਹਿੰਦਾ ਜੀ ਮੈਨੂੰ ਅੱਜ ਜੁਆਇਨ ਕਰਨ ਨੂੰ ਕਹਿ ਰਹੇ, ਜਦੇ ਪੁਲਿਸ ਹਟ ਜਾਏਗੀ। ਕਿਉਂ ਜੀ ਦੱਸੋ, ਇਹਨਾਂ ਨੇ ਬੰਦਿਆਂ ਨੂੰ ਧੱਕਾ, ਮੈਨੂੰ ਧੱਕਾ ਦੇ ਕੇ ਜਾ ਰਿਹਾ, ਇਹਨਾਂ ਨੂੰ ਧੱਕਾ ਦੇ ਕੇ ਜਾ ਰਿਹਾ ਮੇਰੇ ਨੂੰ ਆ ਕੇ। ਹੈਂ, ਇਹ ਮਾਮਲਾ ਜੀ, ਇਹ ਜਿਹੜੇ ਬੜੇ ਇੱਥੇ ਜਿਹੜੇ ਕੰਮ ਚੱਲਦਾ ਆ, ਇਹਦੇ ਨਕਸ਼ੇ ਕਾਰਪੋਰੇਸ਼ਨ ਵੱਲੋਂ ਪਾਸ ਹੈ। ਇਹਨਾਂ ਦੀਆਂ NOC ਕੱਚੀਆਂ ਪੱਕੀਆਂ, ਔਰ ਇਹਨਾਂ NOC ਨਕਸ਼ੇ ਅਸੀਂ ਪਾਸ ਕਰਵਾਏ ਹੋਏ ਆ। ਜਿਹੜੇ ਬੰਦਿਆਂ ਦੀ ਪੁਲਿਸ ਮਦਦ ਕਰਦੀ ਆ, ਉਹਨਾਂ ਖਸਰਿਆਂ ਦੇ ਉੱਤੇ ਕੋਰਟ ਵੱਲੋਂ ਸਟੇਅ ਲੱਗ ਚੁੱਕਾ ਆ। ਕੋਰਟ ਲੱਗ ਕੋਰਟ ਆਫ ਗਵਰਨਮੈਂਟ ਉਹਨੂੰ ਲਾਤਾ ਹੋਇਆ। ਦੂਜੀ ਪਾਰਟੀ ਇਹਨਾਂ ਨੂੰ ਪੁੱਛੋ, ਪੁਲਿਸ ਦਾ ਨਾਂ ਹੀ ਨਹੀਂ ਪਤਾ ਜੀ ਉਹਨਾਂ ਦਾ। ਪੁਲਿਸ ਹੀ ਉਹਨੇ, ਪੁਲਿਸ ਮੋਹਰੇ ਆਉਂਦੀ ਜੀ। ਪੁਲਿਸ ਸਾਨੂੰ ਕਹਿੰਦੀ ਹੈ ਜੀ ਉਹਨਾਂ ਦੀ ਮਦਦ ਕਰਦੇ, ਸਾਨੂੰ ਇਹ ਜਗ੍ਹਾ ਛੱਡ ਦਿਓ, ਬਸ ਜਗ੍ਹਾ ਛੱਡ ਦਿਓ, ਉਹਨੂੰ ਦੇਣੀ ਹੈ ਜੀ। ਪਹਿਲੀ ਗੱਲ ਵੀ ਜਾਣੀ ਜੀ ਆਪਣੇ ਰੈਵਿਨਿਊ ਵੱਡਾ ਜੀ, ਕੋਰਟ ਵੱਡੀ ਹੁੰਦੀ ਹੈ ਜੀ। ਉਹ ਦੱਸ ਇਹਨਾਂ ਬੰਦੇ ਸੁਨੇਹੇ ਭੇਜ ਸਾਨੂੰ, ਤੁਹਾਡਾ ਕੰਮ ਕਰਵਾਉਂਦੇ ਆ। ਮੈਂ ਉਹ ਨਾਂ ਨਹੀਂ ਦੱਸ ਸਕਦਾ ਜੀ, ਨਾਂ ਦੱਸਦਾ ਪ੍ਰਸ਼ਾਸਨ ਬੰਦੇ ਨਾਂ ਦੱਸ ਸਕਦਾ ਮੈਂ। ਮੇਰੇ ਸਾਡੇ CM ਸਾਹਿਬ ਮੇਰੇ ਸਰਕਾਰ ਜੋ ਬੈਠੇ ਆ, ਚੰਨੀ ਸਾਹਿਬ ਬੈਠੇ, ਮੈਂਬਰ ਪਾਰਲੀਮੈਂਟ ਸਾਡੇ ਸਾਰੇ MLA ਵਗੈਰਾ ਬੈਠੇ ਆ। ਔਰ ਦੇਖੋ ਅੱਜ ਮੈਂ ਚਲੋ ਉੱਧਰ ਚੱਲ ਜਾਵਾਂ ਤੇ ਸਭ ਕੁਝ ਪਾਸ ਹੋਏ, ਸਭ ਸਹੀ ਹੋਣਾ ਜੀ। ਇਹ ਜਗ੍ਹਾ ਮੇਰੀ 9 ਸਾਲ ਪਹਿਲਾਂ ਲਈ ਹੋਈ ਆ, ਉਸ ਬੰਦੇ ਨੇ ਜਗ੍ਹਾ ਸਿਰਫ 1 ਸਾਲ ਪਹਿਲਾਂ ਲਈ ਸੀਗੀ ਤੇ ਉਹਦੇ ਵਾਸਤੇ ਪੁਲਿਸ ਸਾਰੇ ਕੰਮ ਕਰਦੀ ਆ। ਉਹ ਦੇਖੋ ਤੁਸੀਂ ਹੁਣ ਵੀ ਚੈੱਕ ਕਰ ਲਓ, ਉਹ ਬਾਲਟੀ ਇੱਥੇ ਹੈ ਨੀ ਗੀ। ਅਸੀਂ ਆਏ ਹਾਂ ਔਰ ਮੇਰੇ ਸਾਰੇ ਸਤਿਕਾਰਯੋਗ ਸਾਡੇ MLA ਐਕਸ MLA ਸਾਰੇ ਸਾਹਿਬਾਨ ਮੈਂਬਰ ਪਾਰਲੀਮੈਂਟ ਸਾਰੇ ਨਾਲ ਬੈਠੇ ਨੇ ਆ ਕੇ, ਪਰ ਉਹ ਬਾਲਟੀ ਇੱਥੇ ਹੈ ਨਹੀਂ। ਬਹੁਤ ਡਰਗਾ ਧਮਕਾਇਆ ਜੀ ਸਰੇ, ਬਿਨਾਂ ਮੇਰੇ ਬੰਦਿਆਂ ਦੇ ਉੱਤੇ ਆਇਆ ਉੱਥੋਂ ਜੀ, ਉਹ ਸਾਨੂੰ ਅੰਦਰ ਨਹੀਂ ਵੜਨ ਦਿੱਤਾ। ਕੋਹਾ ਦੀ ਧਰਤੀ ਤੇ ਇੱਥੇ ਜਿਹੜੀ ਇਹ ਪ੍ਰੋਪਰਟੀ ਹੈ ਤੇ ਉਹਦਾ ਜਿਹੜੇ ਦੋ ਪਾਰਟੀਆਂ ਨੇ, ਜਿਨ੍ਹਾਂ ਵਿੱਚੋਂ ਇੱਕ ਵਿਜੇਤ ਕੋਹਾ ਤੇ ਦੂਸਰੀ ਪਾਰਟੀ ਜਿਹੜਾ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਹੈ ਉਹਨਾਂ ਦੇ ਅਮਨ ਲਾਲੀ ਜੀ, ਉਹਨਾਂ ਵੱਲੋਂ ਇਸ ਪ੍ਰੋਪਰਟੀ ਦਾ ਦੋਨਾਂ ਵੱਲੋਂ ਕਲੇਮ ਕੀਤਾ ਜਾਂਦਾ ਕਿ ਇਹ ਦੋਨਾਂ ਦੀ ਪ੍ਰੋਪਰਟੀ ਹੈ। ਜਿਹਦੇ ਸੰਬੰਧ ਵਿੱਚ ਪਿਛਲੇ ਮਹੀਨੇ ਮਾਰਚ ਵਿੱਚ ਜਾਂ ਅਪ੍ਰੈਲ ਵਿੱਚ ਨਿਸ਼ਾਨਦੇਹੀ ਜਿਹੜੀ ਹੋਈ, ਮਾਰਚ ਵਿੱਚ ਨਿਸ਼ਾਨਦੇਹੀ ਕਰਵਾਈ ਗਈ ਸੀਗੀ, ਜਿਹਦੇ ਵਿੱਚ ਸਾਡੇ ਪੁਲਿਸ ਅਫੀਸ਼ੀਅਲਸ ਮੌਕੇ 'ਤੇ ਆਏ ਸੀਗੇ, ਸਾਡੇ ਰੈਵਨਿਊ ਡਿਪਾਰਟਮੈਂਟ ਦੇ ਜਿਹੜੇ ਸੀਨੀਅਰ ਅਫੀਸ਼ੀਅਲ ਸੀਗੇ ਉਹਨਾਂ ਨੇ ਨਿਸ਼ਾਨਦੇਹੀ ਕੀਤੀ ਸੀਗੀ ਸਾਰੇ ਜਗ੍ਹਾ ਦੀ। ਨਿਸ਼ਾਨਦੇਹੀ ਦੇ ਵਿੱਚ ਦੋਨੋਂ ਪਾਰਟੀਜ਼ ਇਨਵੋਲਵ ਹੋਈਆਂ ਸੀਗੀਆਂ, ਉਦੋਂ ਨਿਸ਼ਾਨਦੇਹੀ ਕਰਵਾ ਕੇ ਦੋਨੋਂ ਪਾਰਟੀਜ਼ ਨੂੰ ਉਹਦੇ ਬਾਰੇ ਦੱਸਿਆ ਗਿਆ। ਹੁਣ ਜਿਹੜੇ 3-4 ਦਿਨ ਤੋਂ ਇੱਥੇ ਵਿਜੇ ਦਕੋਹਾ ਪਾਰਟੀ ਵੱਲੋਂ ਇੱਥੇ ਉਸਾਰੀ ਕੀਤੀ ਜਾ ਰਹੀ ਸੀਗੀ ਕਿ ਇਹ ਦੱਸ ਕੇ ਕਿ ਇਹ ਮੇਰੀ ਜਗ੍ਹਾ ਹੈ ਅਤੇ ਮੈਂ ਆਪਣੀ ਜਗ੍ਹਾ 'ਤੇ ਉਸਾਰੀ ਕਰ ਰਿਹਾ, ਜਦਕਿ ਦੂਸਰੀ ਪਾਰਟੀ ਨੇ
ਮਿਊਂਸੀਪਲ ਕਾਰਪੋਰੇਸ਼ਨ ਅਤੇ ਡਿਪਟੀ ਕਮਿਸ਼ਨਰ ਆਫਿਸ ਦੇ ਵਿੱਚ ਕੰਪਲੇਂਟਸ ਦਿੱਤੀਆਂ, ਨਾਲ ਹੀ ਸਾਡੇ ਸੀਪੀ ਕਮਿਸ਼ਨਰ ਆਫਿਸ ਵਿੱਚ ਵੀ ਕੰਪਲੇਂਟਸ ਦਿੱਤੀਆਂ ਅਤੇ ਦੱਸਿਆ ਗਿਆ ਕਿ ਨਾਲ ਉਹਨਾਂ ਨੇ ਆਪਣਾ ਰਿਕਾਰਡ ਲਗਾ ਕੇ, ਜਿਹੜੇ ਉਹਨਾਂ ਕੋਲ ਪਰੂਫ ਸੀਗੇ ਉਹਦਾ ਰਿਕਾਰਡ ਲਗਾ ਕੇ ਉਹਨਾਂ ਨੇ ਇਹ ਕੰਮ ਨੂੰ ਰੁਕਵਾਉਣ ਦੇ ਵਾਸਤੇ ਉਹਨਾਂ ਨੇ ਮੰਗ ਕੀਤੀ, ਜਿਹਦੇ ਬਿਹਾਫ ਦੇ ਉੱਤੇ ਅਸੀਂ ਜਿਹੜੀ ਡਿਪਟੀ ਕਮਿਸ਼ਨਰ ਜਲੰਧਰ ਅਤੇ ਮਿਊਂਸੀਪਲ ਕਾਰਪੋਰੇਸ਼ਨ ਕਮਿਸ਼ਨਰ ਜਿਹੜੇ ਜਲੰਧਰ ਨੇ ਉਹਨਾਂ ਨੂੰ ਉਸ ਸੰਬੰਧੀ ਜਿਹੜੀ ਹੈਗੀ ਉਹਨਾਂ ਕੋਲ ਰਿਕਾਰਡ ਮੁਹੱਈਆ ਕਰਵਾਉਣ ਲਈ ਕਿਹਾ ਗਿਆ, ਜੋ ਕਿ ATP ਜਿਹੜੇ ਟਾਊਨ ਪਲੈਨਰ ਨੇ ਉਹਨਾਂ ਵੱਲੋਂ ਅਤੇ ਜਿਹੜੇ ਮੌਕੇ ਦੇ ਤਹਿਸੀਲਦਾਰ ਪਟਵਾਰੀ ਸਾਰਿਆਂ ਵੱਲੋਂ ਰਿਪੋਰਟਸ ਦਿੱਤੀਆਂ ਗਈਆਂ ਨੇ ਕਿ ਇਹ ਜਿਹੜੀ ਜਗ੍ਹਾ ਹੈ ਇਹਦੀ ਮਾਲਕੀ ਕਾਗਜ਼ਾਂ ਦੇ ਵਿੱਚ ਇਹ ਅਮਨ ਲਾਲੀ ਦੇ ਨਾਮ 'ਤੇ ਬੋਲਦੀ ਹੈ, ਜੋ ਉਹਨਾਂ ਰਿਕਾਰਡ ਸਾਨੂੰ ਪ੍ਰਜੈਂਟ ਕੀਤਾ ਸਿਵਲ ਅਥਾਰਟੀਜ਼ ਵੱਲੋਂ। ਇਸ ਸੰਬੰਧ ਵਿੱਚ ਕੱਲ੍ਹ ਇੱਥੇ ਸਿਵਲ ਦੇ ਪ੍ਰਸ਼ਾਸਨ ਦੇ ਜਿਹੜੇ ਨੁਮਾਇੰਦੇ ਸੀਗੇ ਅਤੇ ਜਿਹੜੇ ATP ਕਾਰਪੋਰੇਸ਼ਨ ਦੇ ਨੁਮਾਇੰਦੇ ਸੀਗੇ, ਇਹਨਾਂ ਨੂੰ ਇਸ ਚੀਜ਼ ਸੰਬੰਧੀ ਦੱਸਣ ਆਏ ਕਿ ਕੋਈ ਹੱਲ ਨਹੀਂ ਹੋ ਜਾਂਦਾ ਇਹਦਾ ਜਿੰਨੀ ਦੇਰ ਤੱਕ ਇਹਨੂੰ ਪੱਕੇ ਤੌਰ 'ਤੇ ਯਕੀਨੀ ਨਹੀਂ ਬਣ ਜਾਂਦਾ ਕਿ ਇਹ ਕਿਹਦੀ ਪ੍ਰੋਪਰਟੀ ਹੈ ਅਤੇ ਇਹਦਾ ਕਾਬਜ਼ ਕੌਣ ਹੈ, ਕੌਣ ਇੱਥੇ ਕੰਸਟਰਕਸ਼ਨ ਕਰ ਰਿਹਾ, ਤੁਸੀਂ ਉਨੀ ਦੇਰ ਵਾਸਤੇ ਇਹ ਜਗ੍ਹਾ ਮਤਲਬ ਕੰਸਟਰਕਸ਼ਨ ਰੋਕ ਦਿੱਤੀ ਜਾਵੇ, ਅਦਰਵਾਈਜ਼ ਇੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਹੋ ਸਕਦੀ ਹੈ।